아차. 색하냐 나오면 안 사이에. 이게 두 개인데 나 독했는데 없나 본데 말이야. 아차. 오늘 이제 담이로 그냥 막 강한 우리 갈 때는 사이에. 마을 벗어. 아차. 오천 삼조개. 네. 내가 나 알아그다 말. 아차 저로 되게 왔다. 말하지 참 못해내게는 어떻게 인단이 풍하셔. 아차. 많은 자리에 사도 되는데. 많은 대하래. 아차. 제일 버티기 자기한테 단독하나. 운데 그때 그 당. 아따 된대야 된나다 쇼. 아차. 아따 우단이 아따 되겠다 비트는 맞지야 바로 바로. 에 하나 사야. 아차. 아따 바지가 산으로 산이. 아차. 때 ਜਦੋਂ ਤੁਸੀਂ ਆਏ ਇੰਡੀਆ ਚੋਂ ਉਦੋਂ ਤੁਹਾਡੀ ਕਿੰਨੀ ਉਮਰ ਸੀਗੀ ਉਸ ਮੇਰੇ ਮੇਰੀ ਉਮਰ ਸੀ ਸ਼ਾਨੀ 18 ਉਮਰ 18 ਜਾਉਂਦੀ 19 ਸਾਲ ਤੇ ਇੰਡੀਆ ਦੇ ਕਿਹੜੇ ਇਲਾਕੇ ਚੋਂ ਆਏ ਸੀ ਤੁਸੀਂ ਅਸਾਂ ਵੀ ਇਲਾਕੇ ਚੋਂ ਆਇਆ ਰਿਆਸਤ ਪਟਿਆਲਾ ਕਿਹੜਾ ਰਿਆਸਤ ਪਟਿਆਲਾ ਹਾਂ ਸਹੀ ਹੈ ਤੇ ਵੱਡੇ ਵੱਡੇ ਤੁਸੀਂ ਸੀਗੇ ਮੈਂ ਕਨੋਂ ਵੱਡਾ ਕਰਨ ਜੀ ਨਹੀਂ ਸਹੀ ਹੈ ਉਹ ਮਰ ਗਿਆ ਜਲਾਲ ਵੀ ਨਹੀਂ ਉਹ ਮੈਂ ਜੂਸ ਹੋਏ ਤਾਂ ਪਿਓ ਭੇਜਾ ਸਹੀ ਹੈ ਸਹੀ ਹੈ ਜੂਸ ਜੂਸ ਵਾ ਜਾਂ ਕਤਲ ਕੀਤੀ ਜਿਨ੍ਹਾਂ ਨੇ ਕਿ ਆਪਣਾ ਸਹੁਰਾ ਸਹੀ ਹੈ ਸਾਰਾ ਕੁਝ ਛੋਟਾ ਹੁੰਦਾ ਸਹੀ ਹੈ ਤੇ ਸਕੂਲੇ ਵੀ ਪੜ੍ਹਦੇ ਹੁੰਦੇ ਸੀਗੇ ਉੱਥੇ ਸਕੂਲੇ ਕੋਈ ਸਕੂਲੇ ਪੜ੍ਹਦੇ ਹੈ ਨਹੀਂ ਤੇ ਛੋਲੀ ਪੈ ਬੰਦੀ ਕਾ ਨਾ ਅੱਛਾ ਹੁਣ ਮਸਾਲ ਹੈ ਨਾਲ ਤੇ ਪੱਠੂ ਵਿੱਚ ਜਾ ਵੀ ਪੜਿਓ ਉੱਥੇ ਨਹਿ ਤੇ ਬਹਿ ਕੇ ਪੁਲ ਤੇ ਲੱਗੇ ਮੈਨੂੰ ਕਿਆ ਕਰੂੰ ਇਹ ਸਾਰੀ ਆਈ ਅੱਲਾ ਅੱਲਾ ਅਸਾਂ ਕਰਮਾਨੀ ਦੇ ਟਾਈਮ ਆ ਦੇ ਨਾ ਕਿ ਨਹੀਂ ਕਿ ਡੰਗਰ ਘੁੰਮਣ ਦਿੰਦੇ ਕਰਮਾਨੀ ਦੇ ਟਾਈਮ ਅਸਾਂ ਸਿਰਫ ਕਿਹੜੀ ਸ਼ਾਇ ਆਈ ਬੱਕਰਾ ਜੁੰਬਾ ਤੇ ਹੁਣ ਹੁਣ ਉਮਰ ਕਿੰਨੀ ਹੋ ਗਈ ਆ ਤੁਹਾਡੀ ਤਾਇਆ ਕਿਆ ਅੰਦਾਜ਼ਾ 100 ਸਾਲ 100 ਸਾਲ ਹੋਣਾ ਬਸ 100 ਸਾਲ ਦੇ ਨੇੜੇ ਤੇੜੇ ਸਹੀ ਬਸ ਹੁਣ ਦਮ ਦਾ ਦਮ ਹੈ ਕੱਲਾ ਵੱਡਾ ਰਹੇ ਨਾ ਕਦੇ ਨਹੀਂ ਸਾਈ ਕਦੇ ਨਹੀਂ ਸਾਈ ਕਦੇ ਨਹੀਂ ਸਾਈ ਪਰ ਉਹ ਮੱਛੀ ਦੇ ਕੇ ਖੜ ਗਿਆ ਕੁਛ ਦਿਨ ਚੌਲ ਖੋਏ ਨੇ ਫੇਰ ਵੀ ਅੱਲਾ ਦੀ ਮਿਹਰਬਾਨੀ ਹੈ ਸਿਹਤ ਤੇ ਸਹੀ ਆ ਲੱਖ ਇਹ ਦੇਖ ਤੂੰ ਮੇਰੇ ਵਾਲੇ ਹਾਲ ਨਾ ਪੁੱਛੇ ਮੈਨੂੰ ਅੱਲਾ ਮੇਰੇ ਉੱਤੇ ਰਾਜ਼ੀ ਹੈ ਅੱਛਾ ਉਹ ਤੁਹਾਨੂੰ ਹੁਣ ਜਿਹੜਾ ਇੰਡੀਆ 'ਚ ਤੁਸੀਂ ਆਏ ਸੀ ਚੰਗੀ ਤਰ੍ਹਾਂ ਯਾਦ ਹੈ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਜਿਹੜਾ ਤੁਸੀਂ ਇੰਡੀਆ 'ਚੋਂ ਆਏ ਸੀ ਸਾਰੇ 19 ਸਾਲ ਦੀ ਉਮਰ 'ਚ ਚੰਗਾ ਬਲਾ ਪਤਾ ਨਹੀਂ ਹਾਂ ਪਤਾ ਤੇ ਹੈ ਬਸ ਸਹੀ ਕਾਹ ਨਹੀਂ ਪਤਾ ਨਹੀਂ ਨਹੀਂ ਪਤਾ ਸਹੀ ਤੇ ਇੰਡੀਆ 'ਚ ਆ ਕੇ ਤੁਸੀਂ ਪਹਿਲਾਂ ਪਹਿਲਾਂ ਲਾਹੌਰ 'ਚ ਕੈਂਪ 'ਚ ਰਹੇ ਸੀਗੇ ਉੱਥੋਂ ਦੀ ਵਾਸਾ ਤੁਰੇ ਆ ਨਾ ਬੀਕਾਨੇਰ ਦੀ ਰਿਆਸਤਾ 'ਚ ਆਏ ਬੀਕਾਨੇਰ ਹਾਂ ਬੀਕਾਨੇਰ ਉਹ ਹੁੰਦੀ ਹੈ ਨਾ ਉਹ ਕੁਛ ਨਾ ਵੀ ਆਦਾ ਸਹੀ ਹੈ ਉਹ ਇਵੇਂ ਤਾਂ ਕਰਨਾ ਲੱਗੀਆਂ ਪਈਆਂ ਨਾ ਜਗ ਲੋਕ ਆਟਾ ਕੁਛ ਜੀ ਉੱਥੋਂ ਤੁਰ ਕੇ ਆਇਆ ਸਾਂ ਡੂੰਘੇ ਮੂੰਘੇ ਸਹੀ ਹੈ ਉਹ ਪਾਕਿਸਤਾਨ 'ਚ ਪੈਸੋ ਲੈਣ ਰੋਟੀਆਂ ਦੀ ਲੱਗੀ ਪਈ ਹੈ ਇਹ ਪੈਸੋ ਲੈਣੇ ਸਮਝੋ ਗੁੰਡੀ ਭਾਵੇਂ ਚੌਲ ਭਾਵੇਂ ਭਾਜੀ ਜਿਹੜੀ ਸ਼ਾਇਦ ਬਸ ਅੱਗੋਂ ਖੜਾ ਹੁੰਦਾ ਬੰਦਾ ਜਿਹੜਾ ਆਇਆ ਹਾਂ ਵੀ ਕਿਤਨੇ ਜੀ ਕਿਤਨੇ ਜੀ ਰੋਟੀ ਦਿੰਦੇ ਜਾਓ ਰੋਟੀ ਦਿੰਦੇ ਜਾਓ ਇਹਨੇ ਅਸਾਂ ਦਿਖਾਇਆ ਨਾ ਰਹੇ ਹੁੰਦਾ ਮੈਂ ਸਹੀ ਦਿਖਾਇਆ ਨਾ ਰਹੇ ਬੜਾ ਮੈਨੇ ਉੱਥੇ ਪੱਤੇ ਸਮਝੋ ਕਿ ਕਦੇ ਤੁਰਦਾ ਨਹੀਂ ਤੁਰਿਆ ਨਹੀਂ ਜਾਂਦਾ ਯਾਨੀ ਕਰਦੇ ਸਾਰੇ ਜਣੇ ਤੁਸੀਂ ਸਹੀ ਸਲਾਮਤ ਆ ਗਏ ਸੀਗੇ ਹੈ ਕਰਦੇ ਸਾਰੇ ਜਣੇ ਸਹੀ ਸਲਾਮਤ ਆ ਗਏ ਸੀਗੇ ਬਿਲਕੁਲ ਇਤਨਾ ਮਾਨਦਾਰ ਪਿੰਡ ਹੈ ਜਿਹੜੇ ਵਿੱਚ ਅਸਾਂ ਬੈਠੇ ਆ ਤੇ ਨਾ ਅਸਲ ਅੱਜ ਤੋਂ ਸਹੀ ਦੁਕਾਨ ਦਾ ਮਾਹੌਲ ਵੀ ਜ਼ਬਰਦਸਤ ਥਿਆ ਪਰ ਨਹੀਂ ਜੀ ਹੱਥਾਂ ਨਾਲ ਸਭ ਕੁ ਪਾਰ ਲੰਗਾਏ ਸਹੀ ਹੈ ਜਿਵੇਂ ਦਰਿਆ ਚੱਲਦਾ ਨਾ ਜੀ ਜੀ
ਉਹਨੇ ਹੱਥਾਂ ਨਾਲ ਪਾਰ ਲੰਘਾਏ, ਹੱਥਾਂ ਨਾਲ ਉਹਨੇ ਸਾਨੂੰ ਸਮਝੋ ਸੰਦ ਦਿੱਤੇ। ਬੱਚੇ ਕੁਹਾੜੀਆਂ ਕੁਤਲਵਾਰਾਂ ਤੋਂ ਬਿਨਾਂ ਕੋਈ ਨਾ ਇੱਜ਼ਤ ਨਹੀਂ ਚੱਕੀ ਗਈ। ਕਹਿੰਦੇ ਜੋ ਹੈ ਕਿ ਸਿੱਖਾਂ ਨੇ ਜ਼ੁਲਮ ਕੀਤਾ ਸੀਗਾ। ਖਲੀਲ ਭਾਈ ਜ਼ੁਲਮ ਤੈਨੂੰ ਦੱਸਿਆ ਤਾਂ ਵੀ ਕੁੱਟੇ ਲੈਂਦੇ ਨੇ। ਅੱਛਾ ਕਹਿੰਦੇ ਉਹਨਾਂ ਨੇ ਮੁਸਲਮਾਨਾਂ ਨੂੰ ਬੜਾ ਵੱਡਿਆ ਸੀਗਾ। ਵੱਡਿਆ ਮੁਸਲਮਾਨ ਉਹਨਾਂ ਨੂੰ ਤਾਂ ਬਾਹਰੋਂ ਵੱਡੀ ਮਿਲਦੀ ਹੈ, ਮੁਸਲਮਾਨਾਂ ਨੂੰ ਕਿੱਥੋਂ ਮਿਲਦੀ ਹੈ? ਮੈਂ ਜੀ ਤੇਰਾ ਚਾਚਾ ਚਾਚਾ ਨੂੰ ਮਾਰਾ ਮੋਰਚਾ ਲੱਗਾ ਰਹੇ ਕੋਮੀ ਜੀ ਮੈਂ ਨਮਾਜ਼ ਪੜ੍ਹਾ। ਹਾਂ ਹੈ ਸਹੀ ਹੈ। ਹਾਂ ਮੈਂ ਫਿਰ ਬਾਤ ਬਣ ਸਮਝ ਲੈ ਗੱਲ ਕਰੇ ਨੇ ਪੈਣ ਕਿਆ ਤੂੰ ਮੈਂ ਬੰਦ ਪੁੱਛਦਾ ਜਾਂ ਮੈਂ ਦੇਖਿਆ ਵੀ ਹੁਣ ਨਹੀਂ ਕੋਈ ਬੰਦਾ ਬਚਦਾ ਖੂਹਾਂ ਦੇ ਵਿੱਚ ਨਹੀਂ। ਜਿਹੜੇ ਕਹਿੰਦੇ ਅਸੀਂ ਨਹੀਂ ਬਚਣਾ ਉਹਨਾਂ ਨੇ ਖੂਹਾਂ 'ਚ ਛਾਲਾਂ ਮਾਰੀਆਂ। ਪਹਿਲੋਂ ਖੂਹਾਂ ਦੀਆਂ ਮਨਾਂ ਦੇ ਉੱਤੇ ਆਣਗੇ ਤਰੀਮਤਾਂ ਬਹਿ ਗਈਆਂ। ਉਹਨਾਂ ਨੂੰ ਤਾਂ ਬਾਹਰੋਂ ਮਸਲਾ ਮਿਲਦਾ ਇੰਡੀਆ ਦੇ ਇੰਡੀਆ ਉਹਨਾਂ ਕੋਲ ਕਿੱਥੋਂ ਮਿਲਦਾ? ਉਹ ਤਾਂ ਫਿਰ ਬੈਠੇ ਨੇ ਕਿਹੜਾ ਬਾਹਰੋਂ ਵਸਲਾ ਮਿਲੇ ਤਾਂ ਭਿੰਨ ਜੇ ਮੇਰੇ ਤੁਰਕ ਗਿਆ ਪਿੱਛੇ ਜਿਹੜਾ ਕੁਛ ਮਤਾਲਾ ਜਵਾਨ ਫਟ ਗਿਆ ਜਾਂਦੇ ਵਿੱਚ ਤਾਕਤ ਆਈ ਉਹ ਡਿੱਗ ਗਈ ਉਹ ਆਉਣ ਰਿਹਾਊ ਦੱਸ ਕੇ ਆਉਣ ਪਹੁੰਚ ਗਏ ਪਿੱਛੇ ਭਾਫਣੇ ਨਾਲ ਆਇਆ ਕੱਲਾ ਬੰਦਾ ਪਿੱਛਾ ਜੋੜੀ ਵੀ ਨਹੀਂ ਕੱਚੀ ਹੈ ਬੜਾ ਨਹੀਂ ਸਮਝੋ ਜੋੜੀ ਬਣਾਵਾਂ ਨਹੀਂ ਮੈਂ ਨਹੀਂ ਕੱਚੀ ਕੱਲਾ ਅਸਾਂ ਬੜੇ ਦੁੱਖ ਦਿੱਠੇ ਨਹੀਂ ਰੁਪਈਆ ਦਿਹਾੜੀ ਤੇ ਮੈਂ ਸਾਰੀ ਨਮਾਜ਼ ਕਮਾਇਆ ਅੱਠਾਣਾ ਤੇ ਅਸਾਂ ਕਮਾਤੀਆਂ ਮੰਕੀ ਅਸਾਂ ਖਾਧਾ ਦਿਹਾੜੀ ਅਸਾਂ ਕੀਤੀ ਹੈ ਚੋਰੀਆਂ ਅਸਾਂ ਕੀਤੀਆਂ ਅਗੇ ਸਨ ਅੱਜ ਭਾਜੀ ਦਾ ਕੋਈ ਦਾਖਲ ਨਹੀਂ ਹੁੰਦਾ। ਉੱਥੇ ਇੰਡੀਆ 'ਚ ਕਿੰਨਾ ਰਕਬਾ ਸੀਗਾ ਤੁਹਾਡਾ? ਉੱਥਾ ਰਕਬਾ ਹੈ ਸਹੀ ਢੇਰ ਸਾਰਾ ਜੇ ਕੋਈ ਇਨਸਾਨ ਦੇ ਦਿਲ ਦੇ ਵਿੱਚ ਬੇਈਮਾਨਾ ਵਜੇ ਉਹਦਾ ਕਿਆ ਕਰੇ? ਪੰਜਾਬੀ ਬੋਲੋ ਪੰਜਾਬੀ। ਡੇਢ ਕਿੱਲਾ ਜ਼ਮੀਨ ਦਾ ਤਾਂ ਸਾਨੂੰ ਪਹਿਲੀ ਵਾਰ ਥਾਂ ਮਿਲ ਗਿਆ ਬੜਾ ਥਾਂ ਦਿੱਤੀ ਹੈ ਦਰਖਾਸਤ 12 ਕਿੱਲੇ ਜ਼ਮੀਨ ਪੰਜਾਬੀ 'ਚ ਗੱਲ ਕਰੋ। ਹਾਂ ਇਹ ਜਿਹੜਾ ਜੁਸਵਾਨੀ ਹਾਂ ਇਹਦਾ ਪਿਓ ਹੈ ਵੱਡਾ ਵੱਡਾ ਸਾਡਾ ਬੜਾ ਇਸਾ ਕੰਮ ਇਹਦੀ ਹੱਥੇ ਲੱਗ ਗਿਆ ਫਾਰਮ ਵੱਡਾ ਰਹਿੰਦੇ ਉਸ ਤਹਿਸੀਲਦਾਰ ਦੇ ਕੋਲ ਵਧੀਆ ਜਿੱਥਾ ਮੰਜੀ ਉਹ ਆਦਾ ਵੀ ਬੰਦੇ ਗੋਲ ਕੇ ਨਾ ਜ਼ਮੀਨ ਤੈਨੂੰ ਪਾ ਦੇਣੀ ਜਾਂ ਵੇਲੇ ਮੈਚ ਖਤਮ ਥੀ ਆਈਏ ਪਿੱਛੇ ਸਾਨੂੰ ਆਣ ਦਿੱਤਾ ਹੁਣ ਕਿਆ ਕਰੂੰਗਾ ਉਹ ਪਾਇਆ ਪੁਟਵਾ ਦੇ ਦੁਕਾਨ ਦਾ ਤੇ ਇਹਨੇ ਕੁਛ ਨਹੀਂ ਬਣਿਆ ਅਤੇ ਡੰਗਰ ਡੁੰਗਰ ਵੀ ਹੋਣੇ ਆ ਉੱਥੇ ਤੁਹਾਡੇ ਕਾਫੀ? ਹਾਂ ਬੜੇ ਸੀਗੇ ਡੰਗਰ ਮੱਝੀਆਂ ਅੱਛਾ ਦਾਂਦ ਸਹੀ ਮਕਾਨ ਪੱਕੇ ਅੱਛਾ ਕਿਹੜੇ ਇਲਾਕੇ 'ਚ ਰਹਿੰਦੇ ਸੀ ਇੰਡੀਆ 'ਚ? ਜਿਵੇਂ ਮੈਂ ਬੈਠਾ ਨਾ ਉਹਨਾਂ ਨੇ ਆਪਣੇ ਹੱਥ ਨਾਲ ਅੱਗੋਂ ਬਾਲ ਬੱਚੇ ਬੁਲਾ ਕੇ ਖਾ ਲਏ ਸਾਨੂੰ ਪਿੱਛੇ ਕਰਕੇ ਅੱਗੋਂ ਜਿਹੜਾ ਬੇੜੀਆਂ ਬੇੜੀਆਂ ਨਾਲ ਲਗਾਇਆ ਗਿਆ ਤਾਂ ਪਾਰ ਲੰਘ ਗਿਆ ਛੇਕਲਾ ਬੇੜਾ ਰਹਿ ਗਿਆ ਅਸਾਂ ਆਖਿਆ ਵੀ ਤੁਹਾਨੂੰ ਹੁਣ ਕੱਢ ਤਾਂ ਛੋੜਿਆ ਜੀ ਅਸਾਂ ਨਿਕਲਣਾ ਤਾਂ ਹੈ ਸਾਨੂੰ ਪੈਸੇ ਦੇਵੋ ਤਾਂ ਪਿੱਛੇ ਉਹਨਾਂ ਨੇ ਬੱਚੇ ਵੀ ਦਿੱਤੇ ਕੁਹਾੜੀਆਂ ਦਿੱਤੀਆਂ ਕਈ ਪੈਸੇ ਵੀ ਦੇ ਜਾਣੇ ਖਾਓ। ਸਿੱਖਾਂ ਨੇ ਜ਼ੁਲਮ ਕੀਤੇ ਸੀ ਤੁਹਾਡੇ ਨਾਲ? ਹੈ ਸਿੱਖਾਂ ਨੇ ਜ਼ੁਲਮ ਸਾਧਨ ਮੇਰੇ ਨਾਲ ਤਾਂ ਨਹੀਂ ਥਿਆ ਬੜੇ ਬੜੇ ਬਰਾਮਾ ਸਿੱਖਾਂ ਨੇ ਬੰਦਾ ਨਹੀਂ ਮਾਰਿਆ। ਅੱਛਾ ਇਹ ਮਾਰਿਆ ਟੁੱਟਿਆ ਨੇ ਜਿਹੜਾ ਕੋਈ ਭੁੱਖਾ ਨੰਗਾ। ਹਾਂ ਹਾਂ ਸਿੱਖ ਅੱਛੇ ਬੰਦੇ ਨੇ ਸਿੱਖ ਅੱਛੇ ਉਮਰ ਦੇ ਮਾਰੇ ਉਹ ਪੈਸੇ ਦੇ ਬੰਦੇ ਨਹੀਂ ਸਮਝੋ ਪੰਜੇ ਮੁੰਡੇ ਕਸਾਰ ਤਾਂ ਨਹੀਂ। ਹਾਂ ਹਾਂ ਤੇ ਹਿੰਦੂ ਵੀ ਤੇ ਤੁਹਾਨੂੰ ਰਸਤੇ ਟਕਰੇ ਹੋਣੇ ਆ ਉਹਨਾਂ ਨੇ ਤਾਂ ਕੋਈ ਜ਼ੁਲਮ ਤੇ ਤੁਹਾਡੇ ਨਾਲ ਕੋਈ ਰਸਤੇ 'ਚ ਕੋਈ ਇਹੋ ਜਿਹਾ ਕੋਈ ਵਾਕਿਆ ਪੇਸ਼ ਆਇਆ ਸੀ? ਕੋਈ ਨਹੀਂ ਵਾਕਿਆ ਪੇਸ਼ ਇਹ ਮੈਂ ਜੋ ਹੁਣ ਸਵੇਰੇ ਆਣ ਇੱਥੇ ਹੀ ਬੈਠਾ ਨਾ ਮੈਂ ਰਾਤ ਕੱਟ ਕੀਤੀ ਮੈਂ ਬੈਠਾ
ਬਿਲਕੁਲ ਛੇੜਛਾੜ ਉੱਥੇ ਕਰੀਏ ਤੇ ਇੰਡੀਆ ਚ ਤੁਸੀਂ ਡਾਇਰੈਕਟ ਲਾਹੌਰ ਆਏ ਲਾਹੌਰ ਤੋਂ ਫਿਰ ਇੱਥੇ ਆ ਗਏ ਨਾ ਲਾਹੌਰ ਅਸਾਂ ਬੀਕਾਨੇਰ ਤੋਂ ਗਿਆ ਸੀ ਨਹੀਂ ਨਹੀਂ ਇੱਥੇ ਪਾਕਿਸਤਾਨ ਚ ਕਿਹੜੇ ਇਲਾਕੇ ਚ ਆਇਆ ਸੀ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਬਾਹਵਲ ਨਗਰ ਫਿਰ ਬਾਹਵਲ ਨਗਰ ਚੋਂ ਬਾਹਵਲ ਨਗਰ ਤੋਂ ਫਿਰ ਤੈਨੂੰ ਪਤਾ ਨਹੀਂ ਆਸੇ 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 ਤੋਂ ਆ ਗਏ ਇੱਥੇ ਆ ਸਹੀ ਵੱਡਾ ਬੜਾ ਆਇਓ ਇਹਨਾਂ ਨੂੰ ਨੌਕਰੀ ਤੇ ਲੱਗ ਗਿਆ ਸਾਰੇ ਇਹਦੇ ਚ ਯੇ ਦੇਖੇ ਦੋਸਤੋ ਹਮਾਰੇ ਸਾਥ ਮੌਜੂਦ ਹੈ ਯੇ ਤਕਰੀਬਨ 100 ਈਅਰਸ ਓਲਡ ਬਜ਼ੁਰਗ ਹੈ ਤੋ ਯੇ ਪਾਰਟੀਸ਼ਨ ਕੀ ਜੋ ਹੈ ਯੇ ਸਟੋਰੀ ਸੁਣਾ ਰਹੇ ਥੇ ਦੋਸਤੋ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏਗਾ ਹਮਾਰੀ ਇਸ ਵੀਡੀਓ ਕੋ ਔਰ ਕਮੈਂਟਸ ਮੇਂ ਵੀ ਜ਼ਰੂਰ ਬਤਾਈਏਗਾ ਕਿ ਯੇ ਵੀਡੀਓ ਆਪਕੋ ਕੈਸੀ ਲਗੀ ਹੈ ਸ਼ੁਕਰੀਆ